कई अगली किस्त विच ओदे कुछ चश्मदीद गवार ने सर आगा साहब मेरे मोहसन आगा भाजी साहब हां जी मेरे क्या लेकिन ओहो जी गल दी गवाही दिंदे नहीं हुंदे मैनूं पता उहनां नहीं गवाही नहीं दिंदे कदी भी नहीं सोची भी ना ते माड़ी गल च उहनां ने गवाही देणी और ताड़ी दुआ नाल थप्पड़ भी उहनां दा काफी भारा है ਕਿੰਨਾ ਖਾਂਦਾ ਜੀ ਨਾ ਸਰ ਆਪਣੀ ਗਲਤੀਆਂ ਤੋਂ ਜਾਂ ਡਰਾਮੇ ਚ ਕਿੰਨਾ ਦਾ ਆਗਾ ਮਾਜ ਸਾਹਿਬ ਦਾ ਨਹੀਂ ਇੰਨਾ ਪਾਣੀ ਕਰਾਉਂਦਾ ਡਿੱਗੀ ਤੇਰੇ ਚ ਪਤਾ ਪਾਣੀ ਕਰਾਉਂਦਾ ਉਹਨੇ ਟੂਟੀ ਲਵਾ ਲਾ ਉਹ ਨਿੰਬੂ ਨੂੰ ਚੋਲ ਲਾ ਉਹ ਚ ਕੋਈ ਚੀਨੀ ਪਾ ਲਾ ਕੁਛ ਸ਼ਿਕੰਜ ਵੀ ਬਣਾ ਲਾ ਐਲਾ ਫਿਰ ਫੋਨ ਆ ਗਿਆ ਨਾ ਤੇਰਾ ਗੱਡੀ ਵਾਲੇ ਦਾ ਫੋਨ ਗੱਡੀ ਵਾਲੇ ਮੈਂ ਇੱਕ ਵਿੱਕੀ ਸਾਹਿਬ ਪਿਆਰ ਕੀਤਾ ਓਏ ਸ਼ਰੀਫ ਆਦਮੀ ਸਨ ਉਹ ਮੈਂ ਅੱਛਾ ਮੈਂ ਕਿ ਜਿਹਦੇ ਨਾਲ ਪਿਆਰ ਹੋਇਆ ਸ਼ਾਇਦ ਉਹ ਨਹੀਂ ਉਹਨਾਂ ਨੂੰ ਤਾਂ ਮੈਂ ਬਹੁਤ ਅੱਛੀ ਤਰ੍ਹਾਂ ਬਾਅਦ ਚ ਜਾਣਿਆ ਅੱਛਾ ਅੱਛਾ ਸਾਰੀ ਜ਼ਿੰਦਗੀ ਜਦੋਂ ਵੀ ਤੇਰੇ ਮਾਂ ਪਿਓ ਤੈਨੂੰ ਤੇ ਭੇਜਿਆ ਜਾਂ ਕੋਲੇ ਲੈਣ ਭੇਜਿਆ ਜਾਂ ਸੰਘਾੜੇ ਲੈਣ ਭੇਜਿਆ ਇਹਨਾਂ ਚੀਜ਼ ਨਾਲ ਤੇ ਤਲਕ ਹੀ ਕੋਈ ਨਹੀਂ ਇਹ ਤੇ ਗੱਲ ਤੇਰੀ ਠੀਕ ਤੇ ਮਾਂ ਤੇ ਨਾਲ ਅੱਗ ਨਹੀਂ ਬਾਲਦੇ ਇੱਕ ਦੂਜੇ ਨੂੰ ਅੱਗ ਲੈ ਕੇ ਅੱਗ ਬਾਲਦੇ ਕਿਹਦਾ ਫੋਨ ਇਹਨਾਂ ਯਾਰ ਚਾਰ ਜਾਂ 11 ਵਜੇ ਨੂੰ ਇਹਨਾਂ ਫੋਨ ਆਉਂਦਾ ਜਾਂ ਤੈਨੂੰ ਆਉਂਦਾ ਯਾਰ ਉਹ ਅੱਛਾ ਇਹਨੂੰ ਰਸਤਾ ਦੱਸ ਅੱਛਾ ਉਹ ਪੈਟਰੋਲ ਵਾਲਾ ਕੀ ਵਾਕਿਆ ਸੀ ਯਾਰ ਨਹੀਂ ਯਾਰ ਖਾਨ ਸ਼ੋਅ ਕਰਕੇ ਆ ਰਹੇ ਗੱਡੀ ਰੋਕੀ ਮੈਂ ਕਿਹਾ ਪੈਟਰੋਲ ਪਵਾ ਲੈ ਅੱਛਾ ਉਹਨੂੰ ਕਿਸੇ ਕੇ ਭਾਜੀ ਫੁੱਲ ਕਰ ਦੇ ਫੁੱਲ ਕਰ ਦੇ ਟੈਂਕੀ ਉਹ ਉਹਨੂੰ ਕਿਹਾ ਸ਼ਾਦ ਖਾਨ ਗਿਆ ਉਹਦੇ ਲਾ ਦੇ ਤੇ ਉਹਦੇ ਤੇ ਲਾ ਦੇ ਕਾਦੇ ਤੇ ਇਹ ਇਸ਼ਾਰੇ ਤੇ ਨਹੀਂ ਯਾਰ ਜਦੋਂ ਪੈਟਰੋਲ ਪਾਉਂਦੇ ਨੇ ਉਹਦੇ ਲਾ ਦੇ ਜਦੋਂ ਪੈਟਰੋਲ ਪੂਰਾ ਹੋ ਜਾ ਵੀ ਬੰਦ ਹੋ ਜਾਂਦਾ ਆਹੋ ਆਟੋ ਤੇ ਆਟੋ ਤੇ ਉਹਨੇ ਦੋ ਹੱਥਾਂ ਨਾਲ ਇੰਜ ਨੱਪ ਕੇ ਛੱਡਿਆ ਤੇ ਪਹਿਲੀ ਤੋਂ ਬੰਦੂਕ ਡੇਕ ਵੀ ਜੁਰ ਗਿਆ ਉਹ ਮੈਂ ਚੁੱਕ ਫੜਾਈ ਸੱਚੀ ਮੁੱਚੀ ਦਾ ਆ ਗਿਆ ਸ਼ਾਦ ਖਾਨ ਸਾਹਿਬ ਨੇ ਆਣ ਕੇ ਕੋਲ ਖੜੇ ਹੋ ਗਏ ਉਹ ਹੁਣ ਟੈਂਕੀ ਫੁੱਲ ਹੋ ਗਈ ਤੇ ਉਹਨੂੰ ਪਤਾ ਨਹੀਂ ਬੰਦ ਕਿਵੇਂ ਕਰਨਾ ਟੈਂਕੀ ਫੁੱਲ ਹੋ ਗਈ ਟੈਂਕੀ ਚੋਂ ਪਵਾ ਕੇ ਮਾਰਦਾ ਪੈਟਰੋਲ ਬਾਹਰ ਨਿਕਲਿਆ ਤੇ ਨਾ ਹੀ ਸ਼ਾਦ ਖਾਨ ਖੜੋਤਾ ਉਹ ਸ਼ਾਦ ਕਹਿੰਦਾ ਭਾਈ ਆ ਬੰਦ ਕਿਦੋਂ ਕਰਨਾ ਬੰਦ ਕਰਨਾ ਸ਼ਾਹਦ ਖਾਨ ਨੂੰ ਇੰਜ ਲੈ ਕੇ ਜਿਵੇਂ ਧੋਈਦਾ ਨਹੀਂ ਹੁੰਦਾ ਸ਼ਾਹਦ ਖਾਨ ਦੌੜ ਗਿਆ ਅੱਗੇ ਲੱਗ ਕੇ ਪੌਣੇ ਘੰਟੇ ਬਾਅਦ ਗੱਡੀ ਸਟਾਰਟ ਕਰਕੇ ਗਏ ਕਲਮੇ ਪੜ ਕੇ ਗੱਡੀ ਨੂੰ ਕਰੰਟ ਪਿਆ ਦੀ ਰੇਤ ਕਰ ਲਈ ਯਾਰ ਪਾਗਲ ਤੇਰੀ ਭੇਂਤੀ ਸਾਰੀ ਤੈਨੂੰ ਸਾਰਿਆਂ ਨੂੰ ਪੈਟਰੋਲ ਚ ਭੇਂਦੀ ਰੱਖ ਦੇ ਕੋਲੋਂ ਲੰਘੇ ਆ ਤੋਬਾ ਕਰ ਮੈਂ ਧੁੱਪੇ ਨਹੀਂ ਜਾਵਾਂਗਾ ਸੇਕ ਨਾ ਕਰੋ ਲੱਗ ਮੈਂ ਕਿਹਾ ਸਾਨੀਆਂ ਨੂੰ ਕਹਿਣਾ ਕਿ ਆਪ ਬਤਾਇਆ ਮੁੰਡਾ ਜੁੱਤੀ ਪਛਾਣ ਲਈ ਮੈਂ ਕਿਹਾ ਜੁੱਤੀ ਤੇਰੀ ਇੱਥੇ ਪਈ ਰਹੀ ਮੈਂ ਕਹਿੰਦੀ ਨਹੀਂ ਜੁੱਤੀ ਉਹਦੀ ਤੇ ਨਹੀਂ ਆਈ ਮੈਂ ਕਿਹਾ ਮੈਂ ਲੈ ਕੇ ਦਿੱਤੀ ਆ ਮੈਨੂੰ ਪਤਾ ਕਿੰਨੇ ਦੀ ਆਈ ਲੈ ਕੇ ਦਿੱਤੀ ਸੀ ਆ ਉਹ ਤੈਨੂੰ ਪੈਂਦੀਆਂ ਰਹੀਆਂ ਐਡੀ ਪੱਕੀ ਪਛਾਣ ਚਾਹਦੀ ਤਾਦੀ ਉਹਦੀ ਨਿਸ਼ਾਨ ਬਣੇ ਹੁਣ ਇਹ ਤਾਂ ਕਨਫਰਮ ਹੋ ਗਿਆ ਉਹ ਜੁੱਤੀ ਤੂੰ ਪਛਾਣ ਲਈ ਜਿਹੜੀ ਉਹਦੀ ਸੀ ਹਾਂ ਤੇ ਜਿਹੜਾ ਉਹਦੇ ਕੋਲ ਬੰਦਾ ਬੈਠਾ ਸੀ ਹਾਂਜੀ ਉਹ ਨੰਗੇ ਪੈਰੀ ਆਇਆ ਸੀ ਅਭੀ ਰੋਜ਼ ਕਾਮੇਡੀ ਸ਼ਾਮੇਡੀ ਤੁਸੀਂ ਦੇਖਦੇ ਰਹਿੰਦੇ ਹੋ ਹਾਂਜੀ ਸਾਡੇ ਚੈਨਲ ਤੇ ਚਾਲੀ ਸਾਹਿਬ ਨੂੰ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਗੱਲ ਇਹ ਕਿ ਇਹਨਾਂ ਕੋਲ ਕੁਛ ਬਕੂਵੇ ਸਨ ਬੈਠੇ ਬੈਠੇ ਜ਼ਿਕਰ ਹੋ ਰਿਹਾ ਸੀ ਅਸੀਂ ਬੈਠੇ ਹਾਂ ਸ਼ੁਗਰ ਮੇਲਾ ਲੱਗ ਰਿਹਾ ਸੀ ਘਰ ਤੇ ਉਹ ਐਡੇ ਕੁ ਦਿਲਚਸਪ ਵਾਕਿਆ ਸਨ ਇਹਨਾਂ ਦੇ ਤੁਹਾਡੇ ਹੁਣੇ ਹੀ ਦਿਲਚਸਪ ਨੇ ਹਮੇਸ਼ਾ ਇਸ਼ਕਾਂ ਦੇ ਵਾਕਿਆ ਉਹ ਨਹੀਂ ਯਾਰ ਉਹ ਮੁਹੱਬਤਾਂ ਦੇ ਹਾਂਜੀ ਬੇਵਫਾਈਆਂ ਦੇ ਕਿਹੜੇ ਸੁਣਨੇ ਨੇ ਹਾਂਜੀ ਲਾਤੜੀਆਂ ਲਾਪਰਵਾਹੀਆਂ ਦੇ ਕਹਿੰਦੇ ਖੁੱਲੀ ਕਿਤਾਬ ਨਹੀਂ ਹੁੰਦਾ ਖੁੱਲੀ ਕਿਤਾਬ ਆ ਮੈਂ ਹਾਂਜੀ ਮੈਂ ਕਿਹਾ ਯਾਰ ਕਿਉਂ ਨਾ ਫਿਰ ਇਹਨੂੰ ਰਿਕਾਰਡ ਕਰ ਲਈਏ ਤਾਂ ਕਿ ਇਹਨਾਂ ਦੀ ਹਰ ਹਰਕਤ ਜਿਹੜੀ ਕਰਤੂਤ ਹੈ ਉਹ ਰਿਕਾਰਡ ਚ ਆ ਜਾਵੇ ਜੀ ਚਲਾਉਣ ਤੋਂ ਪਹਿਲੇ ਫਿਰ ਮੈਨੂੰ ਵਿਖਾ ਦੇਣਾ ਕਿ ਕੀ ਰਿਕਾਰਡ ਕੀਤਾ ਅੱਛਾ ਸਭ ਤੋਂ ਪਹਿਲੇ ਅੱਜ ਤੁਸੀਂ ਲੇਟ ਸੀ ਉਹ ਦੱਸੋਗੇ ਦੀ ਵਜ੍ਹਾ ਕੀ ਸੀ ਖੈਰ ਸੀ ਮੁਸੇ ਦੇ ਕੀ ਹੋਇਆ ਮੈਨੂੰ ਕੋਈ ਜਿਹੜਾ ਬੰਦਾ ਮਿਲਿਆ ਦੋਸਤ ਮਿਲਿਆ ਕੱਪੜਾ ਜੁੱਤੀ ਗੱਡੀ ਮਿਲੀ ਡਿਫਾਲਟਰੀ ਮਿਲੇ ਫਸਟ ਆਫ ਆਲ ਤੁਸੀਂ ਮੈਨੂੰ ਕਿਹਾ ਜੀ ਮੈਂ ਰਾਤੀ ਕਿਹਾ ਮੈਨੂੰ ਮੈਂ 12 ਵਜੇ ਤੁਹਾਡੇ ਕੋਲ ਕਦੀ ਮੇਰੀ ਗੱਡੀ ਦੀ ਡਿੱਗੀ 'ਚ ਪਾਣੀ ਆਉਂਦਾ ਅੱਜ ਮੇਰੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਪੈਦਲ ਬੰਦਾ ਵੀ ਲੰਘਦਾ ਕ੍ਰਾਸ ਕਰ ਰਿਹਾ ਸੀ ਮੈਂ ਇਹਦੀ ਗੱਡੀ ਆਸਤਾ ਚਲਾ ਲਿਆ ਅੱਛਾ ਤੁਹਾਡੀ ਗੱਡੀ ਦੀ ਬ੍ਰੇਕ ਨਹੀਂ ਫੇਲ ਤੁਸੀਂ ਅਗਰ ਗੌਰ ਕਰੋ ਨਾ ਪੂਰੀ ਗੱਡੀ ਫੇਲ ਹੋ ਗਈ ਹੈ ਪੈਦਲ ਬੰਦਾ ਤੇਜ਼ੀ ਨਾਲ ਲੰਘ ਜਾਂਦਾ ਮੇਰੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਫੇਲ ਹੋ ਗਈ ਹਾਂ ਤੇ ਕਦੋਂ ਦੀ ਗੱਡੀ ਤੇਰੇ ਕੋਲ ਹੈ ਤੈਨੂੰ ਚਾਹੀਦਾ ਸੀ ਨਾ ਕਿ ਗੱਡੀ ਨੂੰ ਕੋਈ ਟਿਊਸ਼ਨ ਰਖਾ ਕੇ ਦਿੰਦਾ ਕੋਈ ਅਕੈਡਮੀ ਜੁਆਇਨ ਕਰਾਉਂਦਾ ਐਗਜ਼ਾਮ ਸਿਰ ਤੇ ਨੇ ਤੈਨੂੰ ਜੋ ਪਤਾ ਉਹ ਬ੍ਰੇਕ ਜਿਹੜੀ ਗਲਾਈ ਦੀ ਬ੍ਰੇਕ ਇੰਜ ਕਰਕੇ ਲਾਈਏ ਤੇ ਗੱਡੀ ਰੁਕ ਜਾਂਦੀ ਉਹ ਗੱਡੀ ਅੱਛਾ ਉਹ ਮੈਂ ਗੱਡੀ ਚਾਰ ਬੱਚੇ ਬਿਠਾਏ ਨੇ ਜਿਹੜੇ ਉਹਨੂੰ ਗੱਡੀ ਨੂੰ ਰੋਕਦੇ ਉਹਨਾਂ ਨੂੰ ਟਿਊਸ਼ਨ ਪੜਾਉਂਦਾ ਅੱਛਾ ਉਹਦੀ ਖਾਲੀ ਬ੍ਰੇਕ ਨਹੀਂ ਫੇਲ ਗੌਰ ਕਰੇ ਨਾ ਤੇ ਪੂਰੀ ਗੱਡੀ ਫੇਲ ਹੋ ਗਈ ਚਾਰਲੀ ਜਾਜਦਾਂ ਦੇ ਮੁਕਾਬਲੇ ਤੇ ਮੇਰੀ ਗੱਡੀ ਉੱਡਦੀ ਪੂਰੇ ਇਲਾਕੇ ਨੂੰ ਪਤਾ ਮੈਂ ਜਿੱਥੋਂ ਗੱਡੀ ਕੱਢਦਾ ਨਾ ਤੁਸੀਂ ਸੋਚ ਨਹੀਂ ਸਕਦੇ ਕਿਡੂ ਦਾ ਪਹਾੜ ਵੇਖਿਆ ਸਕਰਦੂ ਮੈਂ ਨੁਕਰ ਤੱਕ ਗੱਡੀ ਲਿਜਾ ਸਕਦਾ ਲਾਓ ਮੈਂ ਨਸ਼ਦ ਕਦੇ ਕਿਡੂ ਦੇ ਪਹਾੜ ਤੇ ਕੇਟੂ ਦੇ ਪਹਾੜ ਤੇ ਗੱਡੀ ਹਾਂ ਔਰ ਮੈਂ ਤੈਨੂੰ ਹੁਣੀ ਸਾਬਤ ਕਰ ਦਿੰਦਾ ਕਿ ਕੇਟੂ ਦੇ ਪਹਾੜ ਤੇ ਗੱਡੀ ਕਿਵੇਂ ਚੜੀ ਉੱਥੇ ਬੰਦਾ ਐਡਾ ਔਖਾ ਚੜਦਾ 40 ਮੀਟਰ ਮਾਰਾਂ ਯਾਰ ਮੈਂ ਚੜਾ ਦਾਂ ਫਿਰ ਮੰਨੇ ਕਿਸ ਤਰ੍ਹਾਂ ਫਿਰ ਤੂੰ ਕਹੇ ਤੂੰ ਮੇਰਾ ਸ਼ਾਗਿਰਦ ਮੈਂ ਤੇਰਾ ਉਸਤਾਦ ਨਹੀਂ ਪਰ ਮੈਂ ਕਿਸ ਤਰ੍ਹਾਂ ਚੜੀ ਗੱਡੀ ਦਾ ਸਿਗਟਾਂ ਦੀ ਦੁਕਾਨ ਤੋਂ ਕੇਟੂ ਦੀ ਡੱਬੀ ਲਵੋ ਅੱਛਾ ਸਿਗਟਾਂ ਦੀ ਡੱਬੀ ਥੱਲੇ ਰੱਖੋ ਖਾਲੀ ਕਰ ਉੱਥੇ ਕੇਟੂ ਦਾ ਪਹਾੜ ਬਣਿਆ ਅੱਛਾ ਛੋਟੀ ਗੱਡੀ ਲਵੋ ਇਹਦੀ ਉਹ ਕੇਟੂ ਦੇ ਉੱਤੇ ਰੱਖੋ ਉਹ ਕੇਟੂ ਦੇ ਪਹਾੜ ਤੇ ਤਕੀ ਅੱਧੇ ਮਿੰਟ ਚ ਹੋ ਗਈ ਕੇਟੂ ਦਾ ਅੱਛਾ ਤੂੰ ਨਾ ਛਿੱਤਰ ਖਾਣ ਵਾਲਾ ਜਾਦੂ ਕਰਨ ਚਾਹਲੀ ਮੈਂ ਤੇਰਾ ਲਾਇਆ ਸਾਂ ਛਿੱਤਰ ਹੀ ਪਏ ਮੈਨੂੰ ਇੱਕ ਦੋ ਜਗ੍ਹਾ ਤੋਂ ਜਿੱਥੇ ਮੈਂ ਬੇਕੂਫੀ ਕੀਤੀ ਕਿਤੇ ਕਿਤੇ ਐਵੇਂ ਬਸ ਭੁੱਕੇ ਰਹਿ ਗਿਆ ਗੱਡੀ ਠੀਕ ਕਰਾਉਣ ਚਲਾ ਗਿਆ ਅੱਛਾ ਉਹ ਮੈਨੂੰ ਕਹਿੰਦਾ ਜੀ ਆ ਟਾਇਰ ਜਿਹੜਾ ਨਾ ਬਦਲ ਦੇ ਡਿੱਗੀ ਚੋਂ ਪਾਣੀ ਨਹੀਂ ਸੀ ਨਿਕਲਦਾ ਉਹ ਕਹਿੰਦਾ ਸਿਲੀਕੋਨ ਲਾਉਣੇ ਆ ਮੈਂ ਕਿਹਾ ਇਹ ਕੀ ਹੁੰਦਾ ਸਿਲੀਕੋਨ ਕਿਹੜੀ ਹੁੰਦੀ ਅੱਛਾ ਉਹ ਕਹਿੰਦਾ ਜੀ ਪਲਾਸਟਿਕ ਜਿਹਾ ਹੁੰਦਾ
ਟੂਬ ਹੁੰਦੀ ਲਾਈ ਜਾਂਦੀ ਨਾ ਤੇ ਉਹ ਸੋਕੇ ਪਲਾਸਟਿਕ ਬਣ ਜਾਂਦਾ ਸਿਲੀਕੋਨ ਹਾਂ ਅੱਛਾ ਉਹ ਬੰਦਾ ਸਿਲੀਕੋਨ ਉਹ ਬੰਦੇ ਕੇ ਇੱਕ ਸ਼ਾਪਰ ਸੀਗਾ ਗਿੰਡੇਰੀਆਂ ਦਾ ਉਹ ਮੈਂ ਖਾਲੀ ਕਰਕੇ ਨਾ ਉਹਨੂੰ ਚੀਲੀ ਲਾ ਕੇ ਨਾ ਉਹ ਗੱਡੀ ਦਾਤੀ ਮੈਂ ਕਿਹਾ ਇਹ ਉੱਥੇ ਲਾਈਏ ਲੈ ਫਿਰ ਜਿੱਥੇ ਜਿੱਥੇ ਲਾਈ ਨਾ ਉੱਥੇ ਥੱਲੋਂ ਕਾਰਪੈਟ ਹੀ ਸੜਿਆ ਹੁਣ ਚਾਰ ਸਰਾਖ ਸੀ ਹੁਣ 16 17 ਹੋਏ ਨਹੀਂ ਇੰਨਾ ਪਾਣੀ ਕਰਾਉਂਦਾ ਡਿੱਗੀ ਤੇਰੇ ਨੂੰ ਪਤਾ ਪਾਣੀ ਕਰਾਉਂਦਾ ਉਹਨੂੰ ਟੂਟੀ ਲਵਾ ਲਾ ਉਹ ਚ ਨਿੰਬੂ ਨੂੰ ਚੋਲ ਲਾ ਉਹ ਚ ਕੋ ਚੀਨੀ ਪਾ ਲਾ ਕੋ ਸ਼ਿਕੰਜ ਵੀ ਬਣਾ ਲਾ ਐਲਾ ਫਿਰ ਫੋਨ ਆ ਗਿਆ ਨਾ ਤੇਰਾ ਗੱਡੀ ਵਾਲੇ ਦਾ ਫੋਨ ਗੱਡੀ ਵਾਲੇ ਮੈਂ ਇੱਕ ਵਿੱਕੀ ਸਾਹਿਬ ਪਿਆਰ ਕੀਤਾ ਓਏ ਸ਼ਰੀਫ ਆਦਮੀ ਸਨ ਉਹ ਮੈਂ ਅੱਛਾ ਮੈਂ ਕਿ ਜਿਹਦੇ ਨਾਲ ਪਿਆਰ ਹੋਇਆ ਸ਼ਾਦ ਉਹ ਨਹੀਂ ਉਹਨਾਂ ਨੂੰ ਤਾਂ ਮੈਂ ਬਹੁਤ ਅੱਛੀ ਤਰ੍ਹਾਂ ਬਾਅਦ ਚ ਜਾਣਦੇ ਆ ਅੱਛਾ ਅੱਛਾ ਮੁੰਚੀ ਸਾਂ ਗੱਲਾਂ ਮੰਡੀ ਚ ਓਏ ਹੋਏ ਉੱਤੇ ਚਬਾਰੇ ਤੇ ਫਨਕਾਰ ਆਏ ਨੇ ਚਬਾਰੇ ਹਾਂ ਕਿਤੇ ਡਰਾਮਾ ਕਰਨ ਆਏ ਨੇ ਚਬਾਰੇ ਦੇ ਹਾਂ ਚਬਾਰੇ ਤੇ ਉੱਥੇ ਤੇ ਚਬਾਰੇ ਦੇ ਕਿਹੜਾ ਡਰਾਮਾ ਹੁੰਦਾ ਚਾਹੁੰਦੇ ਗੱਲਾਂ ਮੰਡੀ ਥੱਲੇ ਆੜਤ ਦੀਆਂ ਦੁਕਾਨਾਂ ਹੁੰਦੀਆਂ ਉੱਤੇ ਚਬਾਰੇ ਹੁੰਦੇ ਜਿੱਥੇ ਵਪਾਰੀ ਆਣ ਕੇ ਰਹਿੰਦੇ ਨੇ ਅੱਛਾ ਨਹੀਂ ਤੇ ਡਰਾਮਾ ਤੇ ਸਾਰੀ ਜ਼ਿੰਦਗੀ ਜਦੋਂ ਵੀ ਤੇਰੇ ਮਾਪਿਆਂ ਤੈਨੂੰ ਤੇ ਭੇਜਿਆ ਜਾਂ ਕੋਲੇ ਲੈਣ ਭੇਜਿਆ ਜਾਂ ਸੰਘਾੜੇ ਲੈਣ ਭੇਜਿਆ ਇਹਨਾਂ ਚੀਜ਼ ਨਾਲ ਤੇ ਤਲਕ ਹੀ ਕੋਈ ਨਹੀਂ ਇਹ ਤੇ ਗੱਲ ਤੇਰੀ ਠੀਕ ਨਹੀਂ ਉੱਤੇ ਚਬਾਰੇ ਤੇ ਮਨ ਕੇ ਫਨਕਾਰ ਕੀ ਲੈਣਗੇ ਸਾਹ ਲੈਣਗੇ ਜੇ ਇਸ ਪ੍ਰੋਡਿਊਸਰ ਨੇ ਡਰਾਮਾ ਲਵਾਇਆ ਸੀ ਨਾ ਆਹੋ ਉਹ ਡਰਾਮਾ ਕਰਕੇ ਉੱਤੇ ਚਬਾਰੇ ਤੇ ਉਹਨਾਂ ਨੇ ਉਹਨੂੰ ਜਗ੍ਹਾ ਦਿੱਤੀ ਸੀ ਰਿਹਾਇਸ਼ ਦੀ ਵਾਸਤੇ ਤੁਹਾਡਾ ਮਤਲਬ ਇਹ ਕਿ ਉੱਤੇ ਜਗ੍ਹਾ ਖੁੱਲੀ ਸੀ ਕਮਰਾ ਦੇਤਾ ਫਨਕਾਰਾਂ ਨੂੰ ਸੌਣ ਆ ਇਹ ਕਿ ਰਿਹਾਇਸ਼ ਹਾਂ ਉਹ ਸਾਨੂੰ ਨਹੀਂ ਪਤਾ ਲੱਗਾ 3-4 ਦਿਨ ਤੋਂ ਮੈਨੂੰ ਪਤਾ ਨਹੀਂ ਲੱਗਾ ਕਿਉਂਕਿ ਦਿਨ ਨੂੰ ਤਾਂ ਉੱਤੇ ਫੌਜ ਵੀ ਸਮਝ ਹੋਈ ਹੈ ਕੀ ਮਤਲਬ ਸਾਲ ਮਿੱਟੀ ਉਹ ਰਾਤ ਨੂੰ ਕਿਤੇ ਜਾਗਦੇ ਸੀ ਦਿਨ ਨੂੰ ਸੌਂਦੇ ਸਨ ਅਜੀਬ ਨਹੀਂ ਨਹੀਂ ਉਹ ਅਜੀਬ ਜ਼ਿੰਦਗੀ ਨਾ ਉਹ ਦਿਨ ਨੂੰ ਕੋਈ ਨਾ ਉਹ ਤੀਜੇ ਚੌਥੇ ਦਿਨ ਬਾਅਦ ਪ੍ਰੋਡਿਊਸਰ ਦੌੜ ਗਿਆ ਉਹਨਾਂ ਦਾ ਜਿਹੜੇ ਡਰਾਮਾ ਲਵਾਇਆ ਉਹਨਾਂ ਕੋਲ ਨਾ ਕੋਈ ਪੈਸਾ ਨਾ ਕੋਈ ਧੇਲਾ ਜਿਵੇਂ ਮੇਰੇ ਕੋਲ ਵੀ ਨਾ ਕੋਈ ਪੈਸਾ ਨਾ ਕੋਈ ਧੇਲਾ ਬੂਰੇ ਵਾਲੇ ਹੋਏ ਹੋ ਸਾਡਾ ਇੱਕ ਦੋਸਤ ਸੀ ਇਲਾਵਾ ਜਨਤਾ ਨੇ ਕਰ ਗਿਆ ਸਾਨੂੰ ਡਰਾਮਾ ਲਿਆ ਗਿਆ ਉਹਨੇ ਕਿਹਾ ਤੁਸੀਂ ਕੰਮ ਕਰਨਾ ਮੈਂ ਤੇ ਇੱਕ ਮੁੰਡਾ ਅਲੀ ਖਾਂ ਡਰਾਮੇ 'ਚ ਲਾਚਾ ਕੁੜਤਾ ਪਾਇਆ ਡਰਾਮੇ 'ਚ ਪਰਫਾਰਮ ਕਰ ਰਹੇ ਅੱਛਾ ਕਨਾਤਾਂ ਲਾਈਆਂ ਤੇ ਅਸੀਂ ਪੇਂਡੂ ਬਣੇ ਮੁੱਛਾਂ ਸਾਡੇ ਕੋਲ ਬਣਨਾ ਮਾਰ ਗੱਲਾਂ ਮੁੱਛਾਂ ਬਣਾ ਲਈਆਂ ਪੱਕੀਆਂ ਹੀ ਡਰਾਮੇ 'ਚ ਪਰਫਾਰਮ ਕਰਨ ਤੋਂ ਬਾਅਦ ਕੋਈ ਪਤਾ ਨਹੀਂ ਉਹ ਵੀ ਪ੍ਰੋਡਿਊਸਰ ਦੌੜ ਗਿਆ ਕਹਿੰਦਾ ਤੁਸੀਂ ਇੱਥੇ ਸੈਨਮੇ 'ਚ ਹੀ ਸੌਂ ਅਸੀਂ ਉੱਥੇ ਸਟੇਜ 'ਤੇ ਸੁੱਤੇ ਨੂੰ ਪ੍ਰੋਡਿਊਸਰ ਦੌੜ ਗਿਆ ਅਸੀਂ ਉਹੀ ਲਾਚਾ ਕੁੜਤਾ ਪਾਇਆ ਬਾਜ਼ਾਰ ਦੇ ਸਾਡੇ ਕੋਲ ਪੈਸਾ ਕੋਈ ਨਹੀਂ ਅਲੀ ਖਾਂ ਉਸ ਬੰਦੇ ਨਾਲ ਅਸੀਂ ਬਾਜ਼ਾਰ ਜਾ ਰਹੇ ਅਲੀ ਖਾਂ ਸਾਹਿਬ ਅਜੀ ਬਾਜ਼ਾਰ 'ਚ ਨਿਕਲੇ ਹਾਂ ਤੇ ਸਾਡੇ ਮਗਰ ਬੱਚੇ ਲੱਗ ਗਏ ਕਾਹਦੇ ਲਈ ਉਹ ਮੁੱਛੇ ਨਾ ਮਿਟਣ ਲਾਚੇ ਕੁੜਤੇ ਪਾਏ ਮਾਂ ਤੇ ਸਾਨੂੰ ਨਾ ਆਉਂਦੇ ਬਾਹਰ ਕਰਨ ਨੂੰ ਹਾਂਜੀ ਅਸੀਂ ਕਹੇ ਉਹ ਟੈਂਟਾਂ ਲੈ ਕੇ ਗਏ ਸੀਗੇ ਟੈਂਟਾਂ ਲੈ ਕੇ ਭਾਜੀ ਸਾਡਾ ਬੰਦਾ ਕਿੱਧਰ ਗਿਆ ਉਹਨੇ ਕਹੇ ਇੱਥੇ ਬਹਿ ਜਾਓ ਕਨਾਤਾਂ ਦੇ ਪੈਸੇ ਦਿਓਗੇ ਤੇ ਫਿਰ ਤੁਹਾਨੂੰ ਜਾਣ ਦੇਣ ਉਹਨੇ ਕਹੇ ਹਾਂ ਬੜਾ ਉਹ ਇੱਕ ਬੰਦਾ ਆਇਆ ਕਹਿੰਦਾ ਯਾਰ ਇਹਨੇ ਮੁੱਛਾਂ ਮੁੱਛਾਂ ਤੋਂ ਆ ਉਹ ਸਾਨੂੰ ਮਾਂ ਤੇ ਲੈ ਕੇ ਗਿਆ ਪਤਾ ਲੱਗੇ ਵੀ ਔਰਤ ਕੇ ਮਰਦੇ ਮੁੱਛਾਂ ਤੋਂ ਆ ਗਏ ਮੁੱਛਾਂ ਤੋਂ ਆ ਗਏ ਉੱਥੇ ਅਸੀਂ ਗੈਟਅਪ ਕੀਤਾ ਇਸ ਤਰ੍ਹਾਂ ਦੇ ਵਾਕਿਆ ਸਾਡੇ ਨਾਲ ਹੋਏ 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 ਸੱਚੀ ਮੁੱਚੀ ਲਾ ਲਈ ਅੱਡੇ ਤੇ ਜਾ ਰਹੇ ਹਾਂ ਅਸੀਂ ਤੇ ਪਿੱਛੇ ਬੱਚੇ ਜੇ ਪਾਗਲ ਆ ਛੇਰ ਦੇ ਵੱਟੇ ਮਾਰ ਤੁਸੀਂ ਤੇ ਫੈਸਲਾਬਾਦ ਤੋਂ ਆਏ ਨਾ ਜੁੱਤਾ ਜਗਦਾ ਸਿੱਖ ਕੇ ਮੈਨੂੰ ਪੁੱਛੋ ਨਹੀਂ ਤੁਸੀਂ ਖੱਜਲ ਹੋ ਗਏ ਸਿੱਖੀਆ ਜਿੱਥੇ ਜਿੱਥੇ ਮਾਚਸ ਨਹੀਂ ਹੁੰਦੀ ਉੱਥੇ ਉੱਥੇ ਮੈਂ ਡਰਾਮਾ ਕੀਤਾ ਹੈ ਹਾਂ ਗੋਗਾ ਵੀ ਡਰਾਮਾ ਕੀਤਾ ਉੱਥੇ ਨਹੀਂ ਹੁੰਦੀ ਡੂੰਗਾ ਬੂੰਗਾ ਇੱਕ ਪਾਕਿਸਤਾਨ ਦਾ ਸ਼ਹਿਰ ਡੋਂਗਾ ਬੋਂਗਾ ਹਾਂ ਡੂੰਗਾ ਬੂੰਗਾ ਉੱਥੇ ਮਾਚਸ ਨਾਲ ਅੱਗ ਨਹੀਂ ਬਾਲਦੇ ਇੱਕ ਦੂਜੇ ਕੋ ਅੱਗ ਲੈ ਲਾ ਕੇ ਅੱਗ ਬਾਲਦੇ ਕਿਹਦਾ ਫੋਨ ਇੰਨਾ ਯਾਰ 4 ਜਾਂ 11 ਵਜੇ ਨੂੰ ਇੰਨਾ ਫੋਨ ਆਉਂਦਾ ਯਾਰ ਤੈਨੂੰ ਆਉਂਦਾ ਯਾਰ ਉਹ ਅੱਛਾ ਇਹਨੂੰ ਰਸਤਾ ਦੱਸ ਅੱਛਾ ਉਹ ਪੈਟਰੋਲ ਵਾਲਾ ਕੀ ਵਾਕਿਆ ਸੀ ਸਾਹਦ ਖਾਨ ਸਾਹਿਬ ਮੈਂ ਅਲੀ ਨਾਜ਼ ਰੇਂਜ ਯਾਰ ਖਾਨ ਸ਼ੋਅ ਕਰਕੇ ਆ ਰਹੇ ਗੱਡੀ ਰੋਕੀ ਮੈਂ ਕਿਹਾ ਪੈਟਰੋਲ ਪਾ ਲੈ ਅੱਛਾ ਉਹਨੂੰ ਕਿਸੇ ਕਹੇ ਭਾਜੀ ਫੁੱਲ ਕਰ ਦੇ ਟੈਂਕੀ ਉਹ ਉਹਨੂੰ ਕਿਹਾ ਸ਼ਾਹਦ ਖਾਨ ਕਿਹਾ ਉਹਦੇ ਲਾ ਦੇ ਉਹਦੇ ਤੇ ਲਾ ਦੇ ਕਾਹਦੇ ਤੇ ਇਹ ਇਸ਼ਾਰੇ ਤੇ ਨਹੀਂ ਯਾਰ ਜਦੋਂ ਪੈਟਰੋਲ ਪਾਉਂਦੇ ਨੇ ਉਹਦੇ ਲਾ ਦੇ ਜਦੋਂ ਪੈਟਰੋਲ ਪੂਰਾ ਹੋ ਜਾ ਵੀ ਬੰਦ ਹੋ ਜਾਂਦਾ ਆਹੋ ਆਟੋ ਤੇ ਆਟੋ ਤੇ ਆਟੋ ਤੇ ਅੱਛਾ ਉਹ ਬੰਦੇ ਨੇ ਇੱਧਰ ਵੱਡੀ ਬੰਦੂਕ ਭਾਈ ਕਸਮੇ ਰੱਬ ਦੀ ਸੱਚਾ ਵਾਕੇ ਵੱਡੀ ਬੰਦੂਕ ਭਾਈ ਆਟੋ ਕੀ ਹੁੰਦਾ ਉਹਨਾਂ ਆਟੋ ਤੇ ਲਾ ਦੇਣਾ ਲਾ ਦੇ ਆ ਉਹ ਵਿੱਚ ਮੈਂ ਕਿਹਾ ਪੈਟਰੋਲ ਪਾ ਕੇ ਤੇ ਨੱਪ ਕੇ ਛੱਡ ਦੇ ਉਹਨੇ ਦੋ ਹੱਥਾਂ ਨਾਲ ਇੰਜ ਨੱਪ ਕੇ ਛੱਡਿਆ ਤੇ ਪਹਿਲੀ ਤੋਂ ਬੰਦੂਕ ਡੇਗ ਪਈ ਉਹਦੇ ਉਹ ਮੈਂ ਚੁੱਕ ਕੇ ਫੜਾਈ ਸੱਚੀ ਮੁੱਚੀ ਦਾ ਵਾਕਿਆ ਅੱਛਾ ਆਟੋ ਤੇ ਲਾ ਕੇ ਨਹੀਂ ਜਿਹੜੀ ਕਿ ਗਾਰਡ ਵੀ ਹੋਈ ਸੀ ਤੇ ਉਹ ਗਾਰਡ ਵੀ ਹੋਈ ਸੀ ਤੇ ਮੁਲਾਜ਼ਮ ਪ੍ਰਵਾਸ ਵਾਲਾ ਇਹ ਖੋਰ ਆਇਆ ਸੀ ਪਤੇ ਪੈਸੇ ਲੈਣ ਵਾਲਾ ਅੱਛਾ ਉਹ ਪਿਛਲਾ ਪੈਸੇ ਲੈਣ ਵਾਲਾ ਸੀ ਉੱਥੇ ਡਕੇਟੀ ਹੁੰਦੀ ਉਹ ਪੈਸੇ ਲੈਣ ਵਾਲੇ ਨੇ ਆਪਣੇ ਕੋਲ ਇੱਕ ਗਾਰਡ ਖੜਾ ਲਿਆ ਸੀ ਇਹ ਗਾਰਡ ਪਾ ਕੇ ਤੇ ਇਹਨੇ ਉਹਦੇ ਚਲੇ ਪੈਟਰੋਲ ਸ਼ਾਹਦ ਖਾਨ ਸਾਹਿਬ ਮੈਂ ਸ਼ੋਅ ਕਰਨ ਰਹੀ ਹਾਂ 2 ਪੀਸ ਪਾਇਆ ਸ਼ਾਹਦ ਖਾਨ ਸਾਹਿਬ ਉਹ ਪੈਟਰੋਲ ਪੈਣਾ ਸ਼ੁਰੂ ਹੋ ਗਿਆ ਉਹਨੇ ਨੱਪੇ ਦੋਵਾਂ ਥਣ ਛੱਡ ਨਹੀਂ ਰਿਹਾ ਗਨ ਡਿੱਗ ਪਈ ਤੇ ਉਹਨੇ ਨੂੰ ਫੜਿਆ ਗਨ ਮੈਂ ਫੜ ਲਈ ਗਨ ਅੱਛਾ ਸ਼ਾਹਦ ਖਾਨ ਸਾਹਿਬ ਨੂੰ ਆਣ ਕੇ ਕੋਲ ਖੜੇ ਹੋ ਗਏ ਉਹ ਹੁਣ ਟੈਂਕੀ ਫੁੱਲ ਹੋ ਗਈ ਤੇ ਉਹਨੂੰ ਪਤਾ ਨਹੀਂ ਬੰਦ ਕਿਵੇਂ ਕਰਨਾ ਟੈਂਕੀ ਫੁੱਲ ਹੋ ਗਈ ਟੈਂਕੀ ਚੋਂ ਪਵਾ ਕੇ ਮਾਰਦਾ ਪੈਟਰੋਲ ਬਾਹਰ ਨਿਕਲਿਆ ਤੇ ਨਾ ਹੀ ਸ਼ਾਹਦ ਖਾਨ ਖੜੋਤਾ ਉਹ ਸ਼ਾਹਦ ਖਾਨ ਭਾਈ ਆ ਬੰਦ ਕਿਵੇਂ ਕਰਨਾ ਬੰਦ ਕਰਨਾ ਸ਼ਾਹਦ ਖਾਨ ਨੂੰ ਇੰਜ ਲੈ ਕੇ ਜਿਵੇਂ ਧੋਈਦਾ ਨਹੀਂ ਹੁੰਦਾ ਸ਼ਾਹਦ ਖਾਨ ਦੌੜ ਗਿਆ ਅੱਗੇ ਲੱਗ ਕੇ ਮੈਂ ਵੀ ਗੱਡੀ ਛੱਡ ਕੇ ਦੌੜ ਗਿਆ ਤੇ ਉਹ ਕਹਿ ਰਿਹਾ ਬਾਜੀ ਬੰਦ ਕਿਵੇਂ ਕਰਨਾ ਆਟੋ ਕਿਵੇਂ ਖਤਮ ਕਰਨੀ ਆਟੋ ਦੂਰੋਂ ਬੰਦਾ ਦੌੜ ਗਿਆ 5 ਲੀਟਰ ਪੈਟਰੋਲ
ਅੱਧਾ ਗੱਡੀ ਦੇ ਉੱਪਰ ਉਹਨੇ ਬੰਦ ਕੀਤਾ, ਉਹਨੇ ਆਣ ਕੇ ਪਿੱਛੋਂ ਐਮਰਜੈਂਸੀ ਕੋਈ ਲਾਲ ਸੁਚ ਇੰਜ ਕੀਤਾ, ਬੰਦ ਹੋਇਆ। ਨਹੀਂ ਤੇ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਜਿਹੜਾ ਇੰਜੀਨੀਅਰ ਖਿਲਾਰੇ ਆ ਤੇ ਪੰਪ ਦੇ ਘੁੰਮਣ ਦੇ ਪੁੱਤਰ, ਜਿਹਨੂੰ ਪਤਾ ਹੋਵੇ ਉਹ ਖਿਲਾਰੋ। ਗੱਡੀ ਨੂੰ ਧੱਕਾ ਲਾ ਕੇ ਪਰੇ ਲਿਜਾ ਕੇ ਉਹਦੇ ਟਾਇਰਾਂ ਤੇ ਰੇਤ ਪਾਈ, ਪੌਣੇ ਘੰਟੇ ਬਾਅਦ ਗੱਡੀ ਸਟਾਰਟ ਕਰਕੇ ਗਏ ਕਲਮੇ ਪੜ ਕੇ, ਗੱਡੀ ਨੂੰ ਕਰੰਟ ਪਿਆ ਸੀ ਰੇਤ ਘਸਲੀ। ਯਾਰ ਪਾਗਲ ਤੇਰੀ ਭੇਂਤੀ ਸਾਰੀ, ਤੈਨੂੰ ਸਾਰਿਆਂ ਨੂੰ ਪੈਟਰੋਲ 'ਚ ਭੇਂਤੀ ਰੱਗ ਦੇ ਕੋਲੋਂ ਲੰਘੇ ਆ। ਤੋਬਾ ਕਰ, ਮੈਂ ਧੁੱਪੇ ਨਹੀਂ ਜਾਵਾਂਗਾ, ਸੇਕ ਨਾ ਕਰੋ ਲੱਗ 'ਚ। ਹੁਣ ਮੇਰੀ ਮੁਹੱਬਤ ਦੀ ਕਹਾਣੀ ਤੁਸੀਂ ਸੁਣੋ ਕਈ ਅਗਲੀ ਕਿਸ਼ਤ 'ਚ। ਉਹਦੇ ਕੋਈ ਚਸ਼ਮਦੀਦ ਗੁਆਰ ਨੇ ਸਰ ਆਗਾ ਸਾਹਿਬ, ਮੇਰੇ ਮੌਸਮ ਆਗਾ ਮਾਜੀ ਸਾਹਿਬ, ਹਾਂਜੀ ਮੇਰੇ ਕੀ ਬਾਤ, ਮੈਂ ਹਰ ਇੰਟਰਵਿਊ 'ਚ, ਲੇਕਿਨ ਉਹ ਜੀ ਗੱਲ 'ਚ ਗਵਾਹੀ ਦਿੰਦੇ ਨਹੀਂ ਹੁੰਦੇ, ਮੈਨੂੰ ਪਤਾ ਉਹਨਾਂ ਨੂੰ ਨਹੀਂ ਗਵਾਹੀ ਨਹੀਂ ਦਿੰਦੇ, ਉਹ ਕਦੀ ਵੀ ਨਹੀਂ ਸੋਚੀ ਵੀ ਨਾ ਤੇ ਮਾੜੀ ਗੱਲ 'ਚ ਉਹਨਾਂ ਨੇ ਗਵਾਹੀ ਦੇਣੀ। ਔਰ ਤੁਹਾਡੀ ਦੁਆ ਨਾਲ ਥੱਪੜ ਵੀ ਉਹਨਾਂ ਦਾ ਕਾਫੀ ਭਾਰਾ ਹੈ। ਮੈਂ ਖਾਂਦਾ ਜੀ ਨਾ ਅਕਸਰ ਆਪਣੀ ਗਲਤੀਆਂ ਤੋਂ ਜਾਂ ਡਰਾਮੇ 'ਚ। ਕਿੰਨਾ ਦਾ ਆਗਾ ਮਾਜ ਸਾਹਿਬ ਦਾ? ਆਗਾ ਸਾਹਿਬ ਨਹੀਂ, ਬਿਲਾ ਵਜ੍ਹਾ ਤੇ ਨਹੀਂ ਨਾ ਮਾਰਦੇ। ਅੱਛਾ, ਇਸ ਤੋਂ ਇਲਾਵਾ ਕਿਹੜਾ ਵਾਕਿਆ ਸੀ ਇੱਕ ਹੋਰ ਜਿਹੜਾ ਇਸ਼ਕ ਪਿਆਰ ਇਸ਼ਕਾ ਲਾ, ਉਹ ਕੀ ਸੀ ਬਲਾ ਜਦੋਂ ਫੜੇ ਗਏ ਕਿਤੇ? ਕੁੜੀ ਨੂੰ ਮੈਂ ਕਿਹਾ ਕਿ ਮੇਰੇ ਕੋਲ ਪੈਸੇ ਖਾ ਕੇ ਲਾਹੌਰ ਆ ਗਈ, 25-30 ਹਜ਼ਾਰ ਰੁਪਇਆ ਦਿਹਾੜੀ 'ਚ, ਸੋਫਾ ਦਿਹਾੜੀ 'ਚ ਨਹੀਂ ਕੋਈ ਮਹੀਨੇ ਡੇਢ ਮਹੀਨੇ, ਸੋਫਾ ਲੈ ਕੇ ਦਿੱਤਾ ਉਹਨਾਂ ਦੇ ਘਰ ਦੀ ਆ ਜਿਹੜੀ ਵਾਇਰਿੰਗ ਹੁੰਦੀ, ਇਹਦੇ ਬਟਨ ਪਵਾ ਕੇ ਦਿੱਤੇ, ਠੀਕ ਹੈ ਨਾ। ਨਹੀਂ ਤੇ ਤੂੰ ਕਦ ਨਹੀਂ ਇੰਨਾ ਖਰਚਾ ਕਰੀ ਉਹਨਾਂ ਦੇ ਘਰ? ਜਦੋਂ ਮੈਂ ਆਉਂਦਾ ਸੀ ਕਹਿੰਦੇ ਸਾਡਾ ਕੰਮ ਹੋਣ ਵਾਲਾ, ਮੈਂ ਘਰ ਗਿਆ, ਮੈਂ ਵੇਖ ਲਿਆ ਵੀ ਜੁੱਤੀ ਪਈ ਉਹਦੇ ਘਰ ਗਿਆ, ਮੈਂ ਕਿਹਾ ਸਾਨੀਆਂ ਨੂੰ ਕਹਿਣਾ ਕਿ ਆਪ ਬਤਾਇਆ ਮੁੰਡਾ, ਜੁੱਤੀ ਪਛਾਣ ਲਈ। ਮੈਂ ਕਿਹਾ ਜੁੱਤੀ ਤੇ ਇੱਥੇ ਪਈ ਰਹੀ? ਮੈਂ ਕਹਿੰਦੀ ਨਹੀਂ, ਜੁੱਤੀ ਉਹਦੀ ਤੇ ਨਹੀਂ ਆਈ। ਮੈਂ ਕਿਹਾ ਮੈਂ ਲੈ ਕੇ ਦਿੱਤੀ ਸੀ, ਮੈਨੂੰ ਪਤਾ ਕਿੰਨੇ ਦੀ ਆਈ। ਲੈ ਕੇ ਦਿੱਤੀ ਸੀ ਜਾਂ ਉਹ ਤੈਨੂੰ ਪੈਂਦੀਆਂ ਰਹੀਆਂ? ਐਡੀ ਪੱਕੀ ਪਛਾਣ ਚਾਹਦੀ ਤਾਂ ਉਹਦੀ ਨਿਸ਼ਾਨ ਬਣੇ ਹੁਣ? ਨਹੀਂ ਬਿਲਕੁਲ ਨਵੀਂ ਸੀ। ਅੱਛਾ, ਉਹ ਹੁਣ ਮੈਨੂੰ ਸ਼ੱਕ ਪੈ ਗਈ ਕਿ ਅੰਦਰੋਂ ਜਿਹੜਾ ਦਰਵਾਜ਼ਾ ਨਹੀਂ ਖੋਲਿਆ ਨਾ, ਦਾਲ 'ਚ ਕੁਛ ਕਾਲਾ ਜਾਂ ਕੁੰਡੀ ਖਰਾਬ ਪੈਂਦੀ। ਹਾਂਜੀ, ਮੈਂ ਕਿਹਾ ਮੈਂ ਜਾਣਾ ਨਹੀਂ, ਮੈਂ ਜਜ਼ਬਾਤੀ ਆਦਮੀ ਸਾਂ ਲੇਕਿਨ ਮੈਂ ਸ਼ਰੀਫ ਆਦਮੀ ਸਾਂ। ਮੈਂ ਕਿਹਾ ਅੰਮਾ ਜੀ ਤੁਸੀਂ ਦਰਵਾਜ਼ਾ ਖੋਲ ਦਿਓ, ਤੁਹਾਡੀ ਮਿਹਰਬਾਨੀ, ਮੈਂ ਉਹਨਾਂ ਨਾਲ ਗੱਲ ਕਰਨੀ ਹੈ, ਮੈਂ ਨਿਕਲ ਜਾਵਾਂਗਾ, ਚਲੇ ਜਾਵਾਂਗਾ। ਐ ਵੇਖੋ ਮਠਿਆਈ ਤੁਸੀਂ ਸੁਣਿਆ ਨਹੀਂ ਕਿ ਗੱਲ ਕਰਨੀ, ਮੈਨੂੰ ਕਰਕੇ ਨਿਕਲ ਜਾ। ਉਹਨੇ ਕਿਹਾ ਦੱਸ ਕੀ ਗੱਲ? ਉੱਥੇ ਮਠਿਆਈ ਫਲ ਮੈਂ ਕਿਹਾ ਸਾਰੇ ਮੈਂ ਰੱਖੇ, ਗੱਲ ਕਰਾਓ। ਉੱਥੋਂ ਗੋਦ ਭਰਾਈ ਲਿਖੀ ਆਦੀ ਉੱਥੇ, ਪਿਆਰ ਮੈਨੂੰ ਕੀ ਪਤਾ ਯਾਰ, ਪਿਆਰ ਮੈਂ ਪਤਾ ਨਹੀਂ ਮੈਨੂੰ ਕੀ ਪਤਾ। ਹੁਣ ਤੁਸੀਂ ਕੀ ਲੈ ਕੇ ਜਾਂਦੇ ਜਦੋਂ ਮਿਲੇ ਜਾਂਦੇ ਕਿਸੇ? ਨਹੀਂ ਤੂੰ ਮਠਿਆਈ, ਤੂੰ ਕੀ ਲੈ ਕੇ ਜਾਣਾ ਫਰੂਟ? ਕਾਹਦੇ ਨਹੀਂ ਮਤਲਬ ਇੰਨਾ ਤੂੰ ਪਤਾ ਲੈਣੀ? ਅਸਲ ਤਾਂ ਦਾਖਲ ਸੀ ਉਹਦਾ ਪਤਾ ਲੈਣਾ, ਮੁੰਡਾ ਮੰਗਣਾ ਸੀ ਉਧਰ, ਤੁਸੀਂ ਦਾ ਸਮਾਨ ਲੈ। ਯਾਰ ਗੱਲ ਆਖਰੀ ਨਹੀਂ ਸੁਣੀ ਤੂੰ? ਅੱਛਾ, ਉਹ ਮੈਂ ਇੰਜ ਕਰਕੇ ਲਾ ਖੋਲਿਆ, ਤੂੰ ਬੈਠੀ ਨਾਲ ਇੱਕ ਬੰਦਾ ਬੈਠਾ, ਇਹ ਤਾਂ ਕਨਫਰਮ ਹੋ ਗਿਆ ਉਹ ਜੁੱਤੀ ਤੂੰ ਪਛਾਣ ਲਈ ਜਿਹੜੀ ਉਹਦੀ ਸੀ? ਹਾਂ, ਤੇ ਜਿਹੜਾ ਉਹਦੇ ਕੋਲ ਬੰਦਾ ਬੈਠਾ ਸੀ? ਹਾਂਜੀ, ਉਹ ਨੰਗੇ ਪੈਰੀ ਆਇਆ ਸੀ? ਉਹਦੀ ਜੁੱਤੀ ਮਾਰਨੀ? ਉਹ ਖਰੇ ਨਾ ਲਕੋਲ ਕੋਲੇ ਹੋਏਗੀ, ਮੇਰੇ ਜ਼ਿਹਨ 'ਚ ਉਹ ਹੀ ਜੁੱਤੀ ਸੀ। ਉਹ ਉਹਨੇ ਕਿਉਂ ਲਕੋਲੀ? ਉਹਦੇ ਉਹਨਾਂ ਦੇ ਘਰੋਂ ਜੁੱਤੀ ਚੁੱਕੀ ਜਾਂਦੀ? ਤੂੰ ਪਾਗਲ ਤੇ ਨਹੀਂ ਆ ਯਾਰ? ਤੂੰ ਗੱਲ ਯਾਰ, ਤੂੰ ਜਦੋਂ ਮੇਰੀ ਗੱਲ ਸੁਣ, ਜਦੋਂ ਦਰਵਾਜ਼ੇ ਮੇਰੀ ਗੱਲ ਸੁਣ, ਕਾਰਪੋਰੇਟ ਤੂੰ ਐਕਸ਼ਨ ਵੇਖ ਉਹਦੇ, ਕਾਰਪੋਰੇਟ ਹੋਇਆ ਅੰਦਰ ਕਮਰੇ 'ਚ ਕਲੀਨ ਵਿਛਿਆ, ਇੱਕ ਜੁੱਤੀ 'ਚ ਬਾਹਰ ਲੱਥੀ, ਦੂਜੀ ਕਿਉਂ ਨਹੀਂ ਬਾਹਰ ਹੈਗੀ? ਉਹ ਨਹੀਂ ਲਾ ਕੇ ਗਿਆ ਹੋਏਗਾ, ਮੈਨੂੰ ਕੀ ਪਤਾ ਹੁਣ। ਉਹਨੇ ਜੀ ਸਿਗਰ ਲਾਇਆ, ਇਹ ਮੈਨੂੰ ਉਹ ਅੰਦਾਜ਼ ਅੱਜ ਤੱਕ ਨਹੀਂ ਭੁੱਲਿਆ। ਸਿਗਰ ਲਾ ਕੇ ਬੈਠੀ ਉਹ ਬੰਦਾ, ਉਹ ਸਿਗਰ ਨਹੀਂ ਬੁਝਾਵੇ ਤੇ ਮੈਨੂੰ ਉਹਨੇ ਐਵੇਂ ਕੋਈ ਮੁਲਾਜ਼ਮ ਜਿਹਾ ਸਮਝੇਗਾ। ਹਾਂਜੀ, ਹੈਲੋ ਭਾਈ ਸਾਹਿਬ ਕਿੱਧਰ? ਮੈਂ ਕਿਹਾ ਇਹ ਤਾਂ ਮੈਂ ਤੈਨੂੰ ਪੁੱਛਣਾ, ਤੁਸੀਂ ਕਿੱਧਰ? ਕਹਿੰਦਾ ਹੈਲੋ, ਆਹ ਘਰ ਮੇਰਾ ਏ, ਆਹ ਕਾਰਪੇਟ ਸੋਫਾ ਮੇਰਾ ਏ। ਮੈਂ ਕਿਹਾ ਬੇਟਾ ਜੀ ਤੇ ਕੋਈ ਕੁੜੀ ਬੈਠੀ, ਇਹਨੂੰ ਪੁੱਛ ਲਾ, ਇਹਦੀਆਂ ਹਜੇ ਵੀ ਦੋ ਕਿਸ਼ਤਾਂ ਦਿੰਦੀਆਂ, ਮੈਂ ਲਿਆਂਦਾ ਜੀ। ਚੱਲ ਇਹ ਗੱਲ ਕਿੰਨੇ ਸਾਲ ਪਹਿਲੇ ਦੀ? ਕਾਫੀ ਦੇਰ ਪਹਿਲੇ ਦੀ? ਹਾਂ, ਬਹੁਤ 18-17। ਤੂੰ ਤਾਂ ਕਹਿੰਦਾ ਮੈਂ 30,000 ਰੁਪਈਆ ਲਾਇਆ ਤੇ ਸੋਫਾ ਤੂੰ ਕਿਸ਼ਤਾਂ ਤੇ ਲੈ ਕੇ ਦੇਣ ਡਿਆ, ਤੀਹ ਕਾਹਦੇ ਤੋਂ ਲਾਇਆ ਤੂੰ? 30,000 ਉਹ 40 ਬੜੀ ਅਮਾਊਂਟ ਸੀ ਯਾਰ। ਕਿੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਦਿੱਤੀਆਂ ਅੱਗੋਂ, ਸੁਣ ਤਾਂ ਸਹੀ ਕੀ ਆਉਂਦਾ, ਤੂੰ ਕਿਸ਼ਤਾਂ ਲੈ ਦਿੱਤਾ ਸਾਰਾ ਕੁਛ? ਉਹ ਉੱਥੋਂ ਲਿਆ, ਉਹਨੇ ਕਿ ਸੋਫਾ ਸਾਰੀ ਆਪਣੀ ਪਸੰਦ ਲੈਣਾ। ਮੈਂ ਹੁਣ ਆਪਣੇ ਸ਼ਹਿਰ ਕਾਹਦੇ 'ਚ ਸੋਫਾ ਲਦਾ ਕੇ ਉੱਥੇ ਲੈ ਕੇ ਜਾਂਦਾ? ਮੈਂ ਕਿਹਾ ਲੈ ਦਿਓ ਤੁਸੀਂ, ਉਹਨੇ ਕਿਹਾ ਇੱਥੋਂ ਲੈਣਾ, ਠੀਕ ਹੈ। ਉਹ ਉਹਨੇ ਸਿਗਰ ਵਜਾਈ, ਉਹ ਇੱਕਦਮ ਜਜ਼ਬਾਤੀ ਜਿਹਾ ਹੋ ਗਿਆ ਮੇਰੀ ਗੱਲ ਸੁਣ, ਉਹ ਬੰਦਾ ਖੜਾ ਹੋ ਗਿਆ ਇੱਕਦਮ, ਯੂ ਬਲਾਬ ਮੀ ਜਾਬ ਹੈਲੋ ਦਾ ਬੰਦਾ ਚਾ ਸ਼ਾਬਾ ਇਸ਼ਾਰਾ। ਮੈਂ ਕਿਹਾ ਭਾਈ ਜਿਹੜੀ ਗੱਲ ਕਰਨੀ ਉਹ ਗੱਲ ਕਰ, ਮੈਨੂੰ ਵੀ ਸਮਝ ਆਵੇ ਤੇ ਤੈਨੂੰ ਸਮਝ ਆਵੇ। ਕੀ ਰਿਸ਼ਤਾ ਇਹਦੇ 'ਚ? ਮੈਂ ਕਿਹਾ 35,000 ਮੇਰਾ ਲੱਗਾ ਇਹਦੇ 'ਤੇ, ਤੂੰ ਕਿ ਹੈਂ 35,000 ਲੱਗਾ ਕੀ? ਉਹਨੇ ਕੀ ਜੋ ਪ੍ਰੋਫਿਟ ਲੈ ਲਿਆ, ਕੁਛ ਤਾਂ ਗਿਆ ਹੋਣਾ। ਮੈਂ ਬਹੁਤ ਮੁੱਲ ਲੈਣ ਗਿਆ ਸੀ ਵੀ ਤੂੰ ਅੱਧਾ ਘਾਟਾ ਕਰ ਲੈ। ਫਿਰ ਉਦੋਂ ਮੇਰੀ ਮਾਂ ਆ ਗਈ, ਮਾਂ ਕਹਿੰਦੀ ਹਾਂ ਉਹਦਾ ਨਾਂ ਲੈ ਕੇ ਆ, ਬੈਠੇ 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 ਮੈਨੂੰ ਸੀ ਕਿਹਾ ਹੋਇਆ ਕਿ ਆਪ ਕਿਉਂ ਜਜ਼ਬਾਤ ਆ ਮੇਰੇ ਪਾਸ ਆਏ? ਮੈਂ ਕਿਹਾ ਮਾਈ ਮੇਰੀ ਗੱਲ ਸੁਣ, ਉਹ ਭਾਈਆ ਤੁਹਾਡਾ ਕੋਈ ਤਲਕ ਹੈਗਾ, ਮੇਰਾ ਸਾਰਾ ਸਮਾਨ ਚੁਕਾ ਦਿਓ ਹੁਣੇ, ਮੈਂ ਨਹੀਂ ਜਾਣਦਾ ਕੌਣ ਤੁਸੀਂ ਕੌਣ ਨਹੀਂ। ਮੈਂ ਬਾਹਰ ਨਿਕਲ ਕੇ ਜੇ ਸ਼ੋਪਰ 'ਚ ਮਠਿਆਈ ਪਾਈ ਸੀ, ਪਹਿਲੇ ਜੁੱਤੀ ਚੁੱਕ ਕੇ ਪਾਈ ਉਹ ਸ਼ੋਪਰ 'ਚ। ਬਈ ਕਸਮ ਵਾਲੀ ਗੱਲ ਏ, ਮੈਂ ਸਾਰਾ ਹੀ ਸਮਾਨ ਕਢਾ ਲਿਆ ਉਸੇ ਟਾਈਮ, ਉਹ ਮਾਈ ਨੂੰ ਤੇ ਉਹਨੂੰ ਨਾਲ ਲੈ ਕੇ, ਯਾਨੀ ਕਿ ਜਿਸ ਘਰ ਸੋਫਿਆਂ ਵਾਲੇ ਗਏ, ਕਿਸ਼ਤਾਂ ਛਾੜ ਕੀਤੀਆਂ ਬਕਾਇਆ, ਉਹਦੇ ਕੋਲ ਪੈਸੇ ਲੈ, ਉਹ ਇੰਗਲਿਸ਼ ਬੋਲੀ ਜਾਵੇ ਬਾਹਰ ਮੋਟਰਸਾਈਕਲ 'ਤੇ ਕਹੀ ਜਾਵੇ, ਖੜਾ ਹੋ ਕੇ ਸਿਆਰ 'ਤੇ ਫੜੇ ਜਾਵੇ,
ਇੰਗਲਿਸ਼ ਮੈਂ ਕਿ ਬੋਲੀ ਇੰਗਲਿਸ਼ ਕਾਦੀ ਕੋ ਨਿਊਜ਼ਕਾਸਟਰ ਆਇਆ ਸੀ ਉੱਥੇ ਬਲਾਸਟ ਹੋ ਗਿਆ ਉਹਨੇ ਨਾਲ ਉਹਦੇ ਕੋਈ ਪੈਸੇ ਲਏ ਹੋਣਗੇ ਅੱਛਾ ਸਾਰਾ ਕੁਝ ਲੈ ਕੇ ਮੈਂ ਸਮਾਨ ਲਿਆ ਜੀ ਮੇਰੀ ਗੱਲ ਸੁਣ ਕਰ ਲਈ ਕਿਸੇ ਨੂੰ ਦੱਸਿਆ ਕਿ ਜੇ ਘਰ ਤੋਂ ਫਰੂਟ ਲੈ ਕੇ ਆਉਂਦਾ ਸੀ ਉਸ ਘਰ ਤੋਂ ਡਾਲਾ ਲੈ ਆਂਦਾ ਡਾਲਾ ਲੈ ਨਹੀਂ ਸਮਾਨ ਜਿਹੜਾ ਮਾੜਾ ਮੋਟਾ ਹੁੰਦਾ ਚਿੰਗ ਸੀ ਛਾਪੜ ਚ ਪਾ ਲਿਆ ਤੂੰ ਯਾਰ ਉਹ ਡਾਲੇ ਨਹੀਂ ਜਾਣਾ ਹਾਂਜੀ ਅੱਛਾ ਉਹ ਚੁੱਕਿਆ ਪਾਪਾ ਲਾਉਦੀ ਸਾਡਾ ਵਾਕ ਹੁੰਦਾ ਸੀ ਹਾਏ ਅੱਲਾ ਜਿੰਦਾਬਾਦ ਕਰ ਕਰ ਮੈਂ ਇਹ ਕਰ ਲਿਆ ਮੈਂ ਕਿਹਾ ਪਾਪਾ ਜੀ ਇਹ ਕੋਈ ਲੜਕੀ ਸੀ ਨੂੰ ਤਲਾਕ ਹੋਈ ਹੈ ਸਮਾਨ ਤੁਸੀਂ ਇੱਥੇ ਹੋਰ ਕਿਸੇ ਨੂੰ ਗਿਆ ਤੇ ਪਾਪਾ ਲਾਉਦੀ ਮੋਟ ਸੋਣਾ ਪਾਪਾ ਲਾਉਦੀ ਦੇ ਘਰ ਮੈਂ ਸਮਾਨ ਰੱਖਿਆ ਪੰਜ ਲੈਣੇ ਇਹ ਸੀ ਕਿ ਉਹ ਬੰਦਾ ਬਹੁਤ ਜਿਹੜੀ ਇੰਗਲਿਸ਼ ਬੋਲਦਾ ਜਦੋਂ ਮੈਂ ਬਾਹਰ ਨਿਕਲਿਆ ਸਾਰਾ ਸਮਾਨ ਲੈ ਕਹਿੰਦਾ ਭਾਈ ਸਾਹਿਬ ਕਸਮੇ ਰੱਬ ਦੀ ਮੈਂ ਇੰਨਾ ਵਿਆਹ ਕਰਨਾ ਸੀ ਮੈਂ ਤਾਂ ਆਪਣੇ ਅੱਬੂ ਨੂੰ ਵੀ ਮਿਲਾਇਆ ਸੀ ਇਹਦੇ ਨਾਲ ਮੈਂ ਕਿਹਾ ਅੱਬੂ ਨੂੰ ਨਾ ਮਿਲਾਉਂਦਾ ਇਹਨਾਂ ਦੀ ਮਾਂ ਚਲਾ ਗਈ ਮਾਂ ਨੂੰ ਕਿਸੇ ਨਾਲ ਮਿਲਾਉਂਦਾ ਹੋਈ 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 ਦਾ ਚੰਗਾ ਕੀਤਾ ਮਾੜਾ ਕੀਤਾ ਮੈਂ ਨਹੀਂ ਯਾਰ ਨਹੀਂ ਹੁਣ ਮੈਂ ਇਸ ਗੱਲ 'ਚ ਮੈਂ ਕੀ ਕਹਿ ਸਕਦਾ ਚਾਲੀ ਸਾਹਿਬ ਕਿਆ ਚੰਗਾ ਕੀਤਾ ਜੀ ਨਹੀਂ ਜੇ ਮੈਂ ਕਹਾਂ ਚੰਗਾ ਕੀਤਾ ਕੱਲ ਨੂੰ ਉਹ ਕੁੜੀ ਮੈਨੂੰ ਮਿਲ ਪਵੇ ਕਿਤੇ ਉਹ ਕਹੇ ਬਹੁਤ ਮਾੜੀ ਗੱਲ ਬਹਰਲ ਨਾਜ਼ਰੀਨ ਐ ਸੀ ਜੀ ਆਪਣਾ ਚਾਲੀ ਸਾਹਿਬ ਦੇ ਇੱਕ ਦੋ ਵਾਕਿਆ ਐਵੇਂ ਇਹ ਕੋਈ ਰਿਕਾਰਡਿੰਗ ਪਲੈਨ ਨਹੀਂ ਸੀ ਸਾਡੀ ਐਵੇਂ ਪ੍ਰੀ ਪਲੈਨੀ ਹੈਗੀ ਬੈਠੇ ਘਰ ਸ਼ੁਕਰ ਮੇਲਾ ਲੱਗ ਰਿਹਾ ਸੀ ਮੈਂ ਕਿਹਾ ਚਲੋ ਯਾਰ ਜ਼ਰਾ ਚਾਲੀ ਸਾਹਿਬ ਨੂੰ ਇਹ ਕੀ ਉਹਨੂੰ ਕਹਿੰਦੇ ਹੁੰਦੇ ਨੇ ਵਾਕਿਆ ਤਾਂ ਪੁੱਛ ਲਓ ਵਾਕਿਆ ਨਹੀਂ ਆਨਲਾਈਨ ਲੈ ਲਈਏ ਉਹਨਾਂ ਨੂੰ ਆਨਲਾਈਨ ਆਨਲਾਈਨ ਨਾਲ ਹੀ ਸਾਹਿਬ ਨਾ ਅਗਲੀ ਕਿਸ਼ਤ ਵਿੱਚ ਮੈਂ ਚਿੱਤਰਾਂ ਵਾਲੇ ਦੱਸਾਂਗਾ ਜਦੋਂ ਮੈਨੂੰ ਚਿੱਤਰ ਪਏ ਸੀ ਅਤੇ ਇਹ ਹਾਲੇ ਪੈਣੇ ਨੇ ਇਹਨਾਂ ਨੂੰ ਮਜ਼ੀਦ ਕੋਈ ਗੁੰਜਾਇਸ਼ ਹੈ ਅਤੇ ਇਨਸ਼ਾਅੱਲਾ ਤੁਹਾਨੂੰ ਅਗਲੀ ਕਿਸ਼ਤ 'ਚ ਮਖਾਵਾਂਗੇ ਕਿ ਚਾਲੀ ਸਾਹਿਬ ਨੂੰ ਬਲਕਿ ਸੁਣਾਵਾਂਗੇ ਚਿੱਤਰ ਕਿੱਥੋਂ ਪਏ ਕਿਸ ਤਰ੍ਹਾਂ ਪਏ ਅਤੇ ਕਿੰਨੇ ਪਏ ਥਾਣੇ ਪਏ ਹੋਰ ਮੁਹੱਲੇ 'ਚ ਪਏ ਉਹ ਸਾਹਿਬ ਆਪ ਸਮਝਦਾਰ ਆਉਡੀਅੰਸ ਨੂੰ ਨਹੀਂ ਪਤਾ ਹੋਰ ਬਿਊਟੀ ਪਾਰਲਰ 'ਚ ਚਿੱਤਰ ਪੈਂਦੇ ਹੁੰਦੇ ਥਾਣੇ ਪੈਂਦੇ ਹੁੰਦੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਮੁਲਾਕਾਤ ਹੁੰਦੀ ਅੱਲਾ ਹਾਫਿਜ਼।